ਦੇਖੋ ਬਾਂਦਰੇ ਬਾਂਦਰ ਹੋਏ ਵੇ ਮਾਰਕੀਟ ਚੋਂ ਕਿੱਦਾਂ ਪੈਂਦੇ ਆ ਦੇਖੋ ਬੰਦਿਆਂ ਨੂੰ। ਦੇਖੋ ਜਿਹੜੀਆਂ ਚਿੜੀਆਂ ਨਾ ਪੰਜਾਬ ਚ ਅਲੋਪ ਹੋ ਗਈਆਂ ਉਹ ਇੱਥੇ ਦੇਖਣ ਨੂੰ ਮਿਲਦੀਆਂ ਮੈਕਸਿਮਮ। ਕਾਫੀ ਜਗ੍ਹਾਵਾਂ ਐਸੀਆਂ ਹੈਗੀਆਂ ਜਿੱਥੇ ਕੈਮਰਾ ਅਲਾਊ ਨਹੀਂ ਹੈਗਾ, ਵੀਡੀਓਗ੍ਰਾਫੀ ਅਲਾਊ ਨਹੀਂ ਹੈਗੀ, ਪਰ ਅਸੀਂ ਠੀਕ ਠਾਕ ਅਸੀਂ ਵਲੋਗਰ ਕਾਹਦੇ ਹੋਏ। 1902 ਦਾ ਲੱਗਿਆ ਹੋਇਆ ਦੇਖ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ। ਅਤੇ ਅੱਜ ਅਸੀਂ ਆਏ ਹੋਏ ਜੀ ਕਸੋਲੀ, ਅਤੇ ਸਵੇਰ ਚੜ੍ਹ ਚੁੱਕੀ ਆ, ਦੇਖੋ ਕਿੰਨੀ ਸ਼ਾਨਦਾਰ ਸਵੇਰ ਆ। ਅਤੇ ਨਾਲ ਨਾ ਇੱਥੇ ਬਾਂਦਰਾਂ ਨੇ ਵੀ ਬੜਾ ਖੁਰਦੁੰਮ ਮਚਾਇਆ ਹੋਇਆ। ਸਾਡੇ ਰੋਪੜ ਤਾਂ ਕੁੱਤੇ ਫਰੋਲਦੇ ਆ ਡਸਟਬਿਨ, ਪਰ ਉਰੇ ਬਾਂਦਰ ਲੱਗੇ ਹੋਏ ਫਰੋਲਣ। ਦੇਖੋ ਆਵਾਜ਼ਾਂ ਆਉਂਦੀਆਂ ਪਿੱਛੋਂ। ਅਤੇ ਅੰਦਰ ਆਪਣੇ ਵਿਜੇ ਕੁਮਾਰ ਜੀ ਤਿਆਰ ਹੋ ਰਿਹਾ। ਦੇਖੋ ਸਵੇਰ ਦੀ ਸੈਰ ਵਾਸਤੇ ਵੀ ਬੰਦਾ ਕਿੱਦਾਂ ਤਿਆਰ ਹੋ ਰਿਹਾ। ਦੇਖੋ ਬਾਂਦਰੇ ਬਾਂਦਰ ਹੋਏ ਵੇ ਮਾਰਕੀਟ ਚੋਂ ਕਿੱਦਾਂ ਪੈਂਦੇ ਆ ਦੇਖੋ ਬੰਦਿਆਂ ਨੂੰ। ਹਾਂਜੀ ਭਾਈ ਚੱਲੀਏ ਫਿਰ ਸੈਰ ਤੇ। ਚਲੋ ਅਜੇ ਮਾਰਕੀਟ ਤਾਂ ਕਲੋਜ਼ ਆ ਵੈਸੇ। ਹੈਂ? ਤੇ ਆਹ ਆਪਣਾ ਰੂਮ ਆ ਉੱਪਰ, ਮਾਰਕੀਟ ਹੌਲੀ ਹੌਲੀ ਖੁੱਲੂਗੀ, ਮਾਰਕੀਟ ਕਲੋਜ਼ ਆ। ਕਸੋਲੀ ਨਾ ਵੈਸੇ ਦੇਖਿਆ ਜਾਵੇ ਇੰਨਾ ਵੱਡਾ ਪਲੇਸ ਨਹੀਂ ਹੈਗਾ, ਬੜਾ ਛੋਟਾ ਜਿਹਾ ਏ। ਅਤੇ ਇੱਦਾਂ ਲਾ ਲਓ ਵੀ ਸ਼ਿਮਲਾ ਇਹ ਤੋਂ ਨਾ 20 ਗੁਣਾ ਵੱਡਾ ਏ ਇਹ। ਹੁਣ ਕਿੱਦਾਂ ਸਮਝਾਵਾਂ ਵੀ ਕਿੰਨਾ ਛੋਟਾ ਸ਼ਿਮਲੇ ਤਾਂ, ਰੇਡੀਅਸ ਦੱਸ ਦੇ। ਹਾਂ ਵੀ ਜੇ ਇਹ 1 ਕਿਲੋਮੀਟਰ ਹੈ ਨਾ, ਵਰਗ ਕਿਲੋਮੀਟਰ 'ਚ ਇਹ ਸਥਾਪਿਤ ਹੋਇਆ ਪਿਆ ਏ। ਇੰਨੀ ਨਹੀਂ ਮੈਂ ਡਿਟੇਲ ਕੱਢੀ, ਬਟ ਜੋ ਵੀ ਹੈ ਨਾ ਠੀਕ ਆ, ਬੜਾ ਸਕੂਨ ਜਿਹਾ ਉਰੇ ਪਲੇਸ 'ਤੇ ਨਾ, ਬੜੀ ਸ਼ਾਂਤੀ ਜਿਹੀ ਹੈਗੀ ਆ। ਅਸੀਂ ਜਿਸ ਟਾਈਮ ਸੋਚਿਆ ਸੀਗਾ ਵੀ ਅਸੀਂ ਆਵਾਂਗੇ ਸੈਰ ਸੂਰ ਕਰਨ, ਤਾਂ ਇਸ ਟਾਈਮ ਦੇਖ ਰਹੇ ਹਾਂ ਵੀ ਉਰੇ ਟੂਰਿਸਟ ਆ ਰਹੇ ਆ, ਜਿਹੜੇ ਲੋਕ ਚੰਡੀਗੜ੍ਹ ਦੇ ਹੈਗੇ ਆ ਨਾ ਬੰਦੇ, ਤਾਂ ਇਸ ਟਾਈਮ ਉਰੇ ਘੁੰਮਣ ਫਿਰਨ ਆਉਂਦੇ ਆ ਅਤੇ ਸ਼ਾਮ ਨੂੰ ਵਾਪਸ ਚਲੇ ਜਾਂਦੇ ਆ, ਜਿਹੜੇ ਘੁੰਮਣ ਫਿਰਨ ਵਾਸਤੇ ਆਉਂਦੇ ਟੂਰਿਸਟ ਜਿਹੜੇ ਆਉਂਦੇ। ਅਤੇ ਅਸੀਂ ਆਏ ਸੀ ਉਰੇ ਪਰਸੋਂ, ਕੱਲ੍ਹ ਸ਼ਾਮ ਨੂੰ ਹੈ ਨਾ, ਕੱਲ੍ਹ ਸ਼ਾਮ ਨੂੰ 4:30 ਵਜੇ। ਅਤੇ ਹੁਣ ਕੱਲ੍ਹ ਤਾਂ ਆਪਾਂ ਰਿਕਾਰਡ ਕਰ ਨਹੀਂ ਸਕੇ ਕੁਛ, ਅਤੇ ਅੱਜ ਪਹਿਲਾਂ ਸਵੇਰ ਤੋਂ ਮੋਰਨਿੰਗ ਵਾਕ ਰਿਕਾਰਡ ਕਰ ਰਿਹਾ ਹੁਣ। ਅਤੇ ਜਦੋਂ ਦੁਪਹਿਰ ਜੀ ਹੋਊਗੀ ਤੁਹਾਨੂੰ ਚਰਚ ਦਿਖਾਵਾਂਗੇ, ਕ੍ਰਿਸਟ ਚਰਚ ਆ ਉਰੇ ਬਹੁਤ ਪੁਰਾਣਾ, ਅਤੇ ਸੈਂਟਰਲ ਰਿਸਰਚ ਆਫ ਇੰਸਟੀਟਿਊਟ ਆ, ਅਤੇ ਇੱਕ ਮੇਰੇ ਖਿਆਲ ਉਰੇ ਮੌਂਕੀ ਪੁਆਇੰਟ ਵੀ ਹੈ ਨਾ, ਬਟ ਉੱਥੇ ਰਿਕਾਰਡਿੰਗ ਅਲਾਊਡ ਨਹੀਂ ਹੈਗੀ ਕਿਉਂਕਿ ਏਅਰਫੋਰਸ ਦਾ ਨਾ ਸਟੇਸ਼ਨ ਆ ਉਹ। ਅਤੇ ਉੱਥੇ ਕਹਿੰਦੇ ਆ ਵੀ ਜਦੋਂ ਹਨੂੰਮਾਨ ਜੀ ਆਏ ਸੀਗੇ ਸੰਜੀਵਨੀ ਬੂਟੀ ਲੈ ਕੇ, ਤਾਂ ਉਹਨਾਂ ਨੇ ਇੱਕ ਪੈਰ ਕਸੋਲੀ ਰੱਖਿਆ ਸੀਗਾ, ਦੂਜਾ ਰੱਖਿਆ ਸੀ ਜਾਖੂ ਟੈਂਪਲ 'ਚ। ਆਹ ਦੇਖਿਆ ਉਰੇ ਨਲਕੇ ਬਹੁਤ ਪੁਰਾਣੇ ਲੱਗੇ ਹੋਏ ਆ, ਮਿਊਨਸੀਪੈਲਿਟੀ ਦੇ ਨਲਕੇ ਆ, ਟੂਟੀ ਲੱਗੀ ਨਲਕੇ। ਹਾਂ ਇਹ ਹੁਣ ਮਾਡਰਨ ਬਣਾਤੇ, ਨਹੀਂ ਤਾਂ ਪਹਿਲਾਂ ਕੋਈ ਹੋਣਾ ਸਿਸਟਮ ਇਹਨਾਂ ਦਾ। ਅਤੇ ਇਹਦੇ ਥੱਲੇ ਵੀ ਲਿਖਿਆ ਹੋਣਾ ਦੇਖ ਉਦਾਂ ਲੱਗਿਆ ਹੋਇਆ, 1902 ਦਾ ਲੱਗਿਆ ਹੋਇਆ ਦੇਖ। ਮੰਨਦਾ ਫਿਰ ਇੱਦਾਂ ਹੀ ਆ, ਫਿਰ ਇਹ ਪੁਰਾਣਾ ਸ਼ਹਿਰ ਆ ਅੰਗਰੇਜ਼ਾਂ ਦਾ ਵਸਾਇਆ ਹੋਇਆ। ਇੱਥੇ ਮੇਨ ਜਿਹੜੇ ਸੀਨਰੀ ਵਿਊ ਹੈਗੇ ਆ ਉਹ ਦੇਖਣ ਨੂੰ ਮਿਲ ਜਾਂਦੇ ਆ, ਅਦਰਵਾਈਜ਼ ਜਿਵੇਂ ਆਪਾਂ ਕਹਿ ਦਿੰਦੇ ਹਾਂ ਰਿਜ ਹੈ ਸ਼ਿਮਲੇ ਦੇ ਵਿੱਚ, ਉਵੇਂ ਦੀ ਕੋਈ ਪਲੇਸ ਨਹੀਂ ਹੈਗੀ। ਇੱਕ ਦੋ ਪਲੇਸਿਸ ਹੈਗੀਆਂ ਚਰਚ ਦੇ ਕੋਲ ਹੈਗੀ, ਧਿਆਨ ਚੰਦ ਚੌਂਕ ਹੈਗਾ ਉਰੇ, ਮੇਜਰ ਧਿਆਨ ਚੰਦ ਚੌਂਕ, ਜਿਹੜੇ ਹੋਕੀ ਦੇ ਲੈਜੈਂਡ ਸੀਗੇ ਉਹਨਾਂ ਦੀ ਯਾਦ 'ਚ ਬਣਾਇਆ ਹੋਇਆ। ਸਕੂਲ ਚੱਲਿਆ ਛੋਰਾ ਹੈ, ਠੀਕ ਹੈ। ਦੇਖੋ ਜਿਹੜੀਆਂ ਚਿੜੀਆਂ ਨਾ ਪੰਜਾਬ 'ਚ ਅਲੋਪ ਹੋ ਗਈਆਂ ਉਹ ਇੱਥੇ ਦੇਖਣ ਨੂੰ ਮਿਲਦੀਆਂ। ਆਹ ਦੇਖੋ ਕਿੱਦਾਂ ਹੈ ਨਾਲੇ, ਇੱਥੇ ਟਾਵਰ ਦਾ ਇੰਪੈਕਟ ਨਹੀਂ ਪਿਆ। ਹਾਂ ਟਾਵਰ ਘੱਟ ਹੈ ਨਾ, ਦੂਜੇ ਨੰਬਰ 'ਤੇ ਆ ਵੀ ਉਰੇ ਪੁਰਾਣੇ ਘਰ ਆ ਲੱਕੜ ਦੇ, ਤਾਂ ਕਰਕੇ। ਚੱਲੀਏ ਫਿਰ ਬਾਈ ਜੀ ਅੱਗੇ। ਲਓ ਵੀ ਮਿੱਤਰੋ ਅੱਗੇ ਆ ਰਿਹਾ ਵਿਊ, ਬੜਾ ਸ਼ਾਨਦਾਰ। ਹੈਗੇ ਨਹੀਂ ਗੱਲਬਾਤ, ਦੇਖੋ ਪੂਰੀ ਐਂਡ। ਉੱਥੋਂ ਦੀ ਲੈ ਕੇ ਦੇਖੋ ਜਿੱਧਰ ਦੇਖਦੇ ਉੱਧਰ ਪਹਾੜੇ ਪਹਾੜ ਆ, ਅਤੇ ਇੱਧਰ ਵਿਜੇ ਕੁਮਾਰ ਆ, ਲੈਂਟਰ ਹੈ ਜੋ ਵੀ ਅਲਟੀਮੇਟ ਸੀਨ ਆ।
ਪੀਸਫੁਲ ਜਗ੍ਹਾ ਤੇ ਇਧਰੋਂ ਦੀ ਨਾ ਅੱਗੇ ਕਿਤੇ ਕਹਿੰਦੇ ਪਰਲੀ ਸਾਈਡ ਕਿਤੇ ਚੰਡੀਗੜ੍ਹ ਵੀ ਦਿਖਦਾ ਵੀ ਜੇ ਉਹ ਦੇਖ ਯਾਰ ਉਹ ਉਧਰਲੀ ਸਾਈਡ ਦਿਖਦਾ ਉਹ ਸੁਖਨਾ ਲੇਕ ਦਿਖਦੀ ਆ ਉਹ ਪਰੇ ਉਹ ਰਹੀ ਆ ਨਾ ਵਾਈਟ ਵਾਈਟ ਜੀ ਉਹ ਕੈਮਰਾ ਨਹੀਂ ਦੇਖ ਸਕਦਾ ਰਹੀ ਦਿਖ ਰਹੀ ਆ ਕੈਮਰੇ 'ਚ ਦਿਖ ਰਹੀ ਆ ਹਾਂ ਉਹ ਨਹੀਂ ਦਿਖਣੀ ਰਹੀ ਪਰ ਜੋ ਵੀ ਆ ਨਾ ਸੀਨ ਅਲਟੀਮੇਟ ਆ ਦੇਖੋ ਬਹੁਤ ਵਧੀਆ ਸਨੈਰੀਓ ਆ ਮਜ਼ਾ ਆ ਗਿਆ ਦੇਖ ਕੇ ਇੰਨਾ ਸਕੂਨ ਇੰਨੀ ਸ਼ਾਂਤੀ ਸ਼ਿਮਲੇ ਨਹੀਂ ਮਿਲੀ ਆਪਾਂ ਨੂੰ ਇੰਨੀ ਜਿੰਨੀ ਉਰੇ ਮਿਲੀ ਆ ਇਹ ਆ ਗਈ ਆਪਣੀ ਹੈ ਇੱਥੇ ਇੱਥੇ ਯਹਾਂ ਪੇ ਬੈਠ ਕੇ ਪੀਤੇ ਹਾਂ ਸਾਹਮਣੇ ਬੈਂਚ ਲੱਗਾ ਉਰੇ ਬਹਿ ਜਾ ਹੋਰ ਪਾਸੇ ਬਹਿਣਾ ਉੱਥੇ ਬਹਿ ਜਾ ਬਾਈ ਸਾਹਿਬ ਚਾਹ ਪੀ ਹੋ ਰਹੀਆਂ ਨੇ ਵਿਜੇ ਜੀ ਵੱਲੋਂ ਚਾਹ ਦੀ ਸੇਵਾ ਇਹਨਾਂ ਵੱਲੋਂ ਕਰਾਈ ਗਈ ਆ ਚਾਹ ਚੋਂ ਪੀ ਕੇ ਨਾ ਹੁਣ ਆਪਾਂ ਉੱਧਰ ਤਿਆਰ ਸ਼ਿਆਰ ਹੋ ਕੇ ਕਮਰੇ 'ਚ ਜਾ ਕੇ ਫਿਰ ਨਿਕਲ ਜਾਣਾ ਆਪਾਂ ਚਰਚ ਵਾਲੀ ਸਾਈਡ ਭਾਅ ਜੀ ਹਾਂ ਇੱਧਰ ਜਿਹੜੇ ਵੀ ਪਲੇਸਿਸ ਆ ਹਾਂ ਜਿਹੜੇ ਪਲੇਸਿਸ ਹੈਗੇ ਸਾਰੇ ਆਪਾਂ ਐਕਸਪਲੋਰ ਕਰ ਲੈਣੇ ਆ ਫਿਰ ਟਾਈਮ ਸਿਰ ਇੱਥੋਂ ਨਿਕਲੀਏ ਕਿਉਂਕਿ ਅੱਜ ਆਪਣਾ ਪੂਰੇ ਇੱਕ ਦਿਨ ਦਾ ਹੀ ਟ੍ਰਿਪ ਸੀਗਾ ਅੱਜ ਤਾਂ ਸ਼ੁਰੂ ਹੈ ਸ਼ੁਰੂ ਹੀ ਆ ਨਹੀਂ ਫਿਰ ਟਾਈਮ ਸ਼ਡਿਊਲ ਸਾਰਾ ਪ੍ਰੋਟੋਕੋਲ ਪੂਰਾ ਫੋਲੋ ਕਰਨਾ ਪੈਂਦਾ ਸਮਝਿਆ ਕਰੋ ਪ੍ਰੋਟੋਕੋਲ ਠੀਕ ਨਹੀਂ ਬਾਈ ਜੀ ਸਵੇਰ ਦਾ ਟਾਈਮ ਕਿੰਨਾ ਕੁ ਹੋਇਆ ਵੀਰ ਜੀ ਹਜੇ 8:40 ਤੇ 8:40 40 ਮਿੰਟ ਹੋਏ ਆ ਤੇ ਸੂਰਜ ਨਾ ਸਿੱਧਾ ਅੱਖਾਂ 'ਚ ਵੱਜਦਾ ਤੂੰ ਨਾ ਕਿਸੇ 'ਚ ਤੇ ਉਹ ਬੰਦ ਵੀ ਦੇਖੋ ਮਗਰ ਪੈਂਦੇ ਪਏ ਆ ਤੂੰ ਨਾ ਕਿਸੇ 'ਚ ਕਿੰਨਾ ਸੂਰਜ ਤਾਂ ਅੱਖਾਂ 'ਚ ਵੱਜ ਰਿਹਾ ਕਿੰਨਾ ਖਤਰਨਾਕ ਸੀਨ ਆ ਵੀਰ ਜੀ ਵਾਸਤੇ ਇਹ ਤਾਂ ਕਾਮਨ ਆ ਉਰੇ ਉਰੇ ਦੇ ਲੋਕਾਂ ਲਈ ਕਾਮਨ ਆ ਸਾਡੇ ਲਈ ਕੁਝ ਅਲੱਗ ਬਾਈ ਜੀ ਮਾਰਕੀਟ ਹੈਰੀਟੇਜ ਮਾਰਕੀਟ ਤੋਂ ਆਪਾਂ ਨਿਕਲ ਆਏ ਆ ਤੇ ਪਿੱਛੇ ਆਪਣੇ ਹੈਗਾ ਧਿਆਨ ਚੰਦ ਸਟੈਚੂ ਬਣੇ ਹੋਏ ਪਿੱਛੇ ਲੈਜੈਂਡ ਆਫ ਹੋਕੀ ਇਹਨਾਂ ਦੀ ਯਾਦ ਦੇ ਵਿੱਚ ਉਰੇ ਬਣਾਇਆ ਹੋਇਆ ਅਤੇ ਅੱਗੇ ਹੁਣ ਆਪਾਂ ਚੱਲੇ ਹਾਂ ਸਨਸੈੱਟ ਜਾਂ ਸਨ ਰਾਈਸ ਦੋਨੇ ਇਕੱਠੀ ਆ ਦੋਨੋਂ ਅਲੱਗ ਅਲੱਗ ਆ ਇੱਧਰ ਸਨਸੈੱਟ ਵਿਊ ਆ ਸਨਸੈੱਟ ਪੁਆਇੰਟ ਮਤਲਬ ਕਿ ਇਹਨਾਂ 'ਚੋਂ ਨਾ ਆਪਾਂ ਕੁਝ ਕੁਝ ਚੀਜ਼ਾਂ ਕਵਰ ਕਰ ਲੈਣੀਆਂ ਸਨਸੈੱਟ ਤਾਂ ਸ਼ਾਮ ਨੂੰ ਹੀ ਹੋਏਗਾ ਸਨਰਾਈਜ਼ ਦਾ ਆਪਾਂ ਕਰ ਚੁੱਕੇ ਹਾਂ ਹਾਂ ਸਨਰਾਈਜ਼ ਆਪਾਂ ਉਧਰੋਂ ਕਰ ਚੁੱਕੇ ਹਾਂ ਜਿਹੜੇ ਵਿਊਅਰਸ ਆ ਉਹਨਾਂ ਨੂੰ ਜ਼ਿਆਦਾ ਸਨਰਾਈਜ਼ ਵਧੀਆ ਲੱਗਦਾ ਕਿ ਸਨਸੈੱਟ ਕਮੈਂਟ ਕਰਕੇ ਜ਼ਰੂਰ ਵਧੀਆ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੈਸੇ ਮੈਂ ਇੱਕ ਗੱਲ ਦੱਸਾਂ ਹਰੇਕ ਚੀਜ਼ ਨਾ ਉਗਦੀ ਹੋਈ ਉਹ ਵਧੀਆ ਲੱਗਦੀ ਆ ਜਦੋਂ ਉਹਦਾ ਐਂਡ ਆਉਂਦਾ ਉਹ ਮਾੜਾ ਹੁੰਦਾ ਪਰ ਇਹ ਜ਼ਿੰਦਗੀ ਦਾ ਸੱਤ ਵੀ ਹੈਗਾ ਸੱਚ ਵੀ ਹੈਗਾ ਜਿਹੜਾ ਇੱਕ ਦਿਨ ਉਗਿਆ ਨਾ ਉਹਨੇ ਇੱਕ ਦਿਨ ਡੁੱਬਣਾ ਵੀ ਹੈ ਜਾਂ ਝੜਨਾ ਵੀ ਹੈ ਜਾਂ ਟੁੱਟਣਾ ਵੀ ਹੈ ਟੁੱਟਣਾ ਵੀ ਹੈ ਹਾਂ ਉਹ ਤਮਾਸ਼ੇ ਦੇ ਤੌਰ ਤੇ ਦੇਖਦੇ ਆ ਨਾ ਜਿੱਦਾਂ ਸਨਸੈੱਟ ਵੀ ਮੁੰਬਈ ਵੀ ਹੈ ਨਾ ਮੁੰਬਈ ਵਗੈਰਾ ਵੀ ਤੇ ਤਾਂ ਵੈਸੇ ਉੱਦਾਂ ਗੱਲ ਕਰਦਾ ਵੀ ਜਿਹੜਾ ਅੱਖਾਂ ਨੂੰ ਸਕੂਨ ਦਿੰਦਾ ਜਿਹੜੀ ਚੀਜ਼ ਹੈਗੀ ਆ ਉਹ ਉਗਣਾ ਹੀ ਠੀਕ ਆ ਵਧਣਾ ਹੀ ਠੀਕ ਆ ਕਿਸ ਦਾ ਹਨਾ ਗਿਆਨ ਦੀ ਬਾਤੇ ਕਰਨੇ ਲੱਗ ਗਿਆ ਬਿਲਕੁਲ ਹੁਣ ਆਪਾਂ ਪਰਫੈਕਟ ਵਲੌਗਰ ਬਣ ਗਏ ਹੈਨਾ ਥੋੜਾ ਗਿਆਨ ਵੀ ਦੇ ਲੋ ਟਿਪਸ ਐਂਡ ਟ੍ਰਿਕਸ ਕੇ ਸਾਥ ਬਿਲਕੁਲ ਬਿਲਕੁਲ ਤੇ ਬਾਈ ਜੀ ਸਾਡੇ ਪਿੱਛੇ ਸੀਗਾ ਸੈਂਟਰ ਰਿਸਰਚ ਇੰਸਟੀਚਿਊਟ ਤੇ ਇੱਥੇ ਨਾ ਵੈਕਸੀਨਸ ਵਗੈਰਾ ਬਣਦੀਆਂ ਕੋਈ ਵੀ ਬਿਮਾਰੀ ਹੁੰਦੀ ਆ ਕੋਵਿਡ-19 ਦੀ ਵੈਕਸੀਨ ਹੋ ਰਹੀ ਬਣੀ ਸੀ ਨਹੀਂ ਕੋਵਿਡ ਦੀ ਤਾਂ ਨਹੀਂ ਬਣੀ ਖੈਰ ਤਾਂ ਰੈਬੀਜ਼ ਦੀ ਵੈਕਸੀਨ ਹੋ ਰਹੀ ਜ਼ਰੂਰ ਬਣੀ ਸੀ ਉਹਦਾ ਜ਼ਰੂਰ ਰਿਕਾਰਡ ਬੋਲਦਾ ਹੈ ਅਦਰਵਾਈਜ਼ ਹੋਰ ਤਾਂ ਮੈਂ ਕੁਛ ਕਹਿ ਨਹੀਂ ਸਕਦਾ ਅਤੇ ਇੱਕ ਇਹਨਾਂ ਨੇ ਆਹ ਬਹੁਤ ਵਧੀਆ ਚੀਜ਼ ਕਰੀ ਹੋਈ ਆ ਜਿਹੜੇ ਆਪਣੇ ਫੌਜੀ ਭਰਾ ਆਰਮੀ ਵੀਰ ਵਾਲੇ ਉਹਨਾਂ ਦੀ ਥਾਂ ਥਾਂ 'ਤੇ ਫੋਟੋਸ ਲਾਈਆਂ ਹੋਈਆਂ ਸਲਿਊਟ ਕਰਿਆ ਹੋਇਆ ਕਿਉਂਕਿ ਇਹ ਇੱਕ ਆਰਮੀ ਸਟੇਸ਼ਨ ਵੀ ਹੈਗਾ ਏਅਰਫੋਰਸ ਸਟੇਸ਼ਨ ਵੀ ਹੈਗਾ ਅਤੇ ਇੱਥੇ ਮੈਕਸੀਮਮ ਕਾਫੀ ਜਗ੍ਹਾਵਾਂ ਐਸੀਆਂ ਹੈਗੀਆਂ ਜਿੱਥੇ ਕੈਮਰਾ ਅਲਾਊ ਨਹੀਂ ਹੈਗਾ ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ ਪਰ ਅਸੀਂ ਠੀਕ ਆ ਅਸੀਂ ਵਲੌਗਰ ਕਹਦੇ ਹੋਏ ਸਾਰਾ ਕੁਝ ਕਰ ਲਈਦਾ ਸ਼ੂਟ ਐ ਨਹੀਂ ਕੁਝ ਨਾ ਕੁਝ ਕਰਾਂਗੇ ਰੂਲ ਨਹੀਂ ਤੋੜਦੇ ਜੁਗਾੜ ਲਾ ਲੈ ਹਾਂ ਜੁਗਾੜ ਲਾ ਲਈਦਾ ਉਹਦਾ ਇੰਟਰਨੈਟ ਕੱਢ ਲਈਦਾ ਕੋਈ ਹਾਂਜੀ ਭਾਈ ਚਲਦੇ ਚਲਦੇ ਅਸੀਂ ਪਹੁੰਚ ਚੁੱਕੇ ਹਾਂ ਜੀ ਸਨਸੈੱਟ ਪੁਆਇੰਟ ਤੇ ਖੈਰ ਫਾਇਦਾ ਤਾਂ ਕੋਈ ਹੈ ਨਹੀਂ ਹਜੇ ਕਿਉਂਕਿ ਸਨਰਾਈਜ਼ ਹੋਇਆ ਹੀ ਆ
9:30 का टाइम है तो हूँ तुम दिखाने सनसैट पॉइंट। इन्हें सनसैट पॉइंट के नाल सुसाइड पॉइंट के ना तो भी जाने जाता है। यह जो पॉइंट है सनसैट पॉइंट तो थोड़ा उपर बनया हुआ है और सनसैट पॉइंट दिखता है ना, सनसैट व्यू दिखता और बट जो आप नीचे चल जाते हैं तो यही कन्वर्ट हो जाता सुसाइड पॉइंट तो अगे जाके सीधी खाई स्ट्रेट हो जाती है। तुहानू वह भी दिखा दिना जाके इतों दिना हूँ तो खैर बन गया ये, पर पहले जी खाई सी सीधी सी तो इस करके ना सुसाइड पॉइंट रखा हुआ पिछे सनसैट पॉइंट अगे सुसाइड पॉइंट। तो हाँ जी हूँ अस चलें जी रूम वाल तो अज का ब्लॉग करते हैं इतनी एंड। उम्मीद करते हैं थानू यह जो ब्लॉग है पसंद आया होगा, तो क्योंकि इस ज़्यादा साइट सीन सगिया उदा कोई है नहीं सी रौनक मेले वाली थान, तो उदा जिन्होंने शांति सुकून पसंद है उन्होंने ये वीडियो वधिया लगी होएगी है ना। तो जे वधिया लगी तो लाइक शेयर कमेंट जरूर कर दो, चैनल कर लो सबसक्राइब।